ਜਲਵਾਯੂ ਪਰਿਵਰਤਨ ਨਾਲ ਹੋਣ ਵਾਲੀ ਸੰਭਾਵਿਤ ਤਬਾਹੀ ਖਿਲਾਫ ਵਿਸ਼ਵ ਵਿਆਪੀ ਪ੍ਰਦਰਸ਼ਨ ਦੀ ਦੂਜੀ ਲੜੀ 'ਚ ਲੱਖਾਂ ਬੱਚਿਆਂ ਅਤੇ ਨੌਜਵਾਨਾਂ ਨੇ ਪ੍ਰਦਰਸ਼ਨ ਕੀਤਾ। ਮੈਨੀਟੋਬਾ ਦੇ ਸ਼ਹਿਰ ਵਿਨੀਪੈਗ 'ਚ ਤਕਰੀਬਨ 10,000 ਵਿਦਿਆਰਥੀਆਂ ਨੇ ਨਾਅਰੇ ਲਗਾਉਂਦੇ ਹੋਏ ਅਤੇ ਪੋਸਟਰ 'ਤੇ ਲਿਖੇ ਸੰਦੇਸ਼ਾਂ ਦੇ ਨਾਲ ਰੈਲੀ 'ਚ ਸ਼ਾਮਿਲ ਹੋਏ। ਇਹ ਰੈਲੀ ਲੈਜਵਲੇਟਿਸ ਬਿਲਡਿੰਗ ਤੋਂ ਸ਼ੁਰੂ ਹੋ ਕੇ ਡਾਊਨਟਾਊਨ ਦੀਆਂ ਵੱਖ-ਵੱਖ ਗਲੀਆਂ ਵਿੱਚ ਦੀ ਹੁੰਦੀ ਹੋਈ ਵੈਸਟ ਸਾਈਡ ਪਾਰਕ ਵਿੱਚ ਹੋਈ। ਇਸ ਦੌਰਾਨ ਉਹਨਾਂ ਨੇ ਯਤਨ ਦਾ ਹਿੱਸਾ ਬਣੋ, ਪ੍ਰਦੂਸ਼ਣ ਦਾ ਨਹੀਂ ਨਾਅਰੇ ਲਗਾਏ। ਲੋਕਾਂ ਨੇ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਗਲੋਬਲ ਤਾਪਮਾਨ 'ਚ ਵਾਧੇ ਨੂੰ ਵਾਤਾਵਰਣ ਵਿਨਾਸ਼ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਇਸ ਨਾਲ ਨਜਿੱਠਣ ਲਈ ਸਮਾਂ ਬਹੁਤ ਤੇਜ਼ੀ ਨਾਲ ਨਿਕਲਦਾ ਜਾ ਰਿਹਾ। ਗਲੋਬਲ ਤਾਪਮਾਨ 'ਚ ਵਾਧੇ ਲਈ ਜ਼ਿੰਮੇਵਾਰ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ 'ਚ ਕਮੀ ਲਿਆਉਣ ਦੀ ਖਾਤਰ ਉਹ ਜ਼ਿਆਦਾ ਕੰਮ ਨਹੀਂ ਕਰ ਰਹੇ। ਇਸ ਦੌਰਾਨ ਬੱਚਿਆਂ ਨੇ ਵਾਤਾਵਰਣ 'ਚ ਉਪਲਬਧ ਉੱਤਮ ਵਿਗਿਆਨ ਦੇ ਬਾਰੇ 'ਚ ਸਮਝਣ ਅਤੇ ਉਸ 'ਤੇ ਕੰਮ ਕਰਨ ਲਈ ਵੀ ਆਖਿਆ। ਉਹਨਾਂ ਨੇ ਵਿਸ਼ਵ ਭਰ ਦੇ ਨੇਤਾਵਾਂ 'ਤੇ ਦੋਸ਼ ਲਗਾਏ ਨੇ ਕਿ ਉਹ ਉਹਨਾਂ ਦੀ ਪੀੜ੍ਹੀ ਦੇ ਨਾਲ ਗਲਤ ਕਰ ਰਹੇ ਨੇ। ਉਹਨਾਂ ਦਾ ਕਹਿਣਾ ਕਿ ਉਹਨਾਂ ਦੀਆਂ ਖੋਖਲੀਆਂ ਗੱਲਾਂ ਨੇ ਉਹਨਾਂ ਦੇ ਸੁਪਨੇ ਅਤੇ ਉਹਨਾਂ ਦਾ ਬਚਪਨ ਖੋਲਿਆ, ਫਿਰ ਵੀ ਉਹ ਖੁਸ਼ਕਿਸਮਤ ਲੋਕਾਂ 'ਚ ਸ਼ਾਮਿਲ ਨੇ। ਕੈਨੇਡਾ 'ਚ ਜਿੱਥੇ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਪੂਰਾ ਜ਼ੋਰ ਸ਼ੋਰ ਨਾਲ ਕਰ ਰਹੀਆਂ ਨੇ, ਉੱਥੇ ਕਲਾਈਮੇਟ ਚੇਂਜ ਦੀ ਪ੍ਰਮੁੱਖ ਲੀਡਰਾਂ ਵੱਲੋਂ ਅਣਗਹਿਲੀ ਵਰਤੀ ਜਾ ਰਹੀ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।